हुण असीं इत्थे आए हां आमिर तैमूर दे मकबरे तो इत्थे टिकट लगी है 25,000 उत्थे लगी सी 20,000 इत्थे 25,000 एक जने दी मतलब दोनों दे सी 50,000 दे इत्थे टिकट चेक करनगे इसदे अंदर जा रहे हैं दुनिया दे सब तो फेमस मकबरियां चो एक आ और मैं लगदा इंडिया ओ बाबर्स ग्रैंड ग्रैंडफादर आमिर तैमूर यस इफ यू वांट वी विल टेल द स्टोरी अबाउट आमिर तैमूर मौजोलियम फ्रॉम जीरो टिल फिनिश Everything we will explain you. How much you charge? It's not expensive, just 50,000. Interesting little story. You will start on right side, then come inside. Complex very big. You don't understand. तो बंदा वो कह रहा 50,000 दे दो. तो कहना मैं तुम्हें पूरी स्टोरी जड़ी एक्सप्लेन करूँगा क्योंकि ये ग्रेट ग्रेट ग्रैंडफादर सी जिदा मैं तुम्हें पहला भी दस्या सो आमिर तैमूर जेडे आ बाबर दे सो बाबर बारे तुम्हें पता इंडिया सारे जानदे आ मिस्टर आमिर तैमूर मौजोलियम वाज बिल्ट इन 1404 ईयर सो यार वो बंदे बुला रहे आ सो फोटो ले के आ ना सो फोटो यस यस सो मैं फोटो खिंचवा ला यार आप समझो थोड़ा फिर मैं समझता हूं आगे ठीक है थ्रोट बाय अर्थक्वेक सो Mausoleum was built in 1404 year and Amir Timur he was building this mausoleum only for grandson Muhammad Sultan because Muhammad Sultan he was fighting a lot when he coming back from Turkey by the way he died that's why Amir Timur he making this mausoleum only for grandson so on the top there's two towers very high 27 meters each and they were totally destroyed actually a half part was renovated now Officially, our people they could come to Mausoleum from head side, but Mirza Ulugbek, Amir Timur grandson, he said it's not correct to come to Mausoleum from head side. He closing this entrance and turn to left by respect. Amir Timur, it's our grandpa. He was born in Shahri Sabz. Samarkand was his capital. Central Asia, India, Afghanistan, Iran, Iraq, Caucasus, Turkey. It was Amir Timur Empire. He saved Russians from Mongolians. He saved European countries from Ottoman invasion. He died in Atrar. He lived 69 years, which we call 100 years today. ਅਕਬਰਾਨਾ ਸੀ ਹੁਣੇ ਗਾਈਡ ਲਿਆ ਸੀ ਸਾਰਾ ਸਮਝ ਲਿਆ ਇਹ ਅਮਿਰ ਤੈਮੂਰ ਨੇ ਆਪਦੇ ਗ੍ਰੈਂਡਸਨ ਲਈ ਬਣਾਇਆ ਸੀਗਾ ਬਟ ਗ੍ਰੈਂਡਸਨ ਉਹਦਾ ਟਰਕੀ 'ਚ ਲੜਾਈ ਕਰਦੇ ਮਰ ਗਿਆ ਸੀਗਾ ਪਰ ਉਹ ਤਾਂ ਇੱਥੇ ਆ ਨਹੀਂ ਪਾਇਆ ਸੋ ਅਮਿਰ ਤੈਮੂਰ ਦੀ ਅੰਦਰ ਕਬਰ ਬਣੀ ਹੋਈ ਆ ਬਲੈਕ ਵਾਲੀ ਜਿਹੜੀ ਹੁਣ ਤੁਹਾਨੂੰ ਦਿਖੂਗੀ ਬਲੈਕ ਅਮਿਰ ਤੈਮੂਰ ਦੀ ਆ ਅਤੇ ਜਿਹੜੇ ਉਹਦੇ ਆਸੇ ਪਾਸੇ ਬਣੀਆਂ ਹੋਈਆਂ ਕਬਰਾਂ ਨਾ ਉਹ ਸਾਰੀਆਂ ਉਹਦੇ ਗ੍ਰੈਂਡਸਨ ਦੀ ਬਾਅਦ 'ਚ ਬਣਾਈ ਗਈ ਜਾਂ ਉਹਦੇ ਕੋਈ ਸੈਕਟਰੀ ਜਿਵੇਂ ਕੋਈ ਖਾਸ ਬੰਦਾ ਜਿਵੇਂ ਕਹਿ ਦਿਓ ਸੂਫੀ ਕਹਿ ਲਓ ਹੈ ਨਾ ਉਹ ਸਾਰੇ ਅਤੇ ਉਹਦਾ ਸਾਹਮਣੇ ਵਾਲਾ ਕੋਈ ਟੀਚਰ ਉਹ ਕਹਿੰਦਾ ਵੀ ਕੋਈ ਸੀਗਾ ਸੋ ਉਹਨਾਂ ਸਾਰਿਆਂ ਦੀਆਂ ਬਣਾਈਆਂ ਗਈਆਂ ਸੋ ਅਮਿਰ ਤੈਮੂਰ ਦੀ ਕਬਰ ਨੂੰ ਇਹਨਾਂ ਦਾ ਮੰਨਣਾ ਸੀਗਾ ਵੀ ਜੇ ਛੇੜਿਆ ਜਾਊਗਾ ਨਾ ਉਹਨੂੰ ਤਾਂ ਦੁਨੀਆ 'ਚ ਵਰਲਡ ਵਾਰ ਹੋ ਜੂਗੀ ਜਾਂ ਕੋਈ ਵਾਰ ਹੋ ਜੂਗੀ ਸੋ ਉੱਦਾਂ ਹੀ ਜਦੋਂ ਸਾਇੰਟਿਸਟ ਨੇ ਇੱਕ ਰਿਸਰਚ ਲਈ ਕੱਢਿਆ ਸੀਗਾ ਹੈ ਨਾ 1940 ਦੇ ਕੁਛ ਦੇ ਨੇੜੇ ਤੇੜੇ ਤਾਂ ਹਿਟਲਰ ਨੇ ਇਹਨਾਂ 'ਤੇ ਅਟੈਕ ਕਰਤਾ ਸੀਗਾ ਫਿਰ ਜਿੱਦਾਂ ਇਹਨਾਂ ਨੂੰ ਦੁਬਾਰਾ ਦਫਨਾਇਆ ਤਾਂ ਕਹਿੰਦੇ ਵੀ ਉਹ ਜਿਹੜੀ ਲੜਾਈ ਆ ਸ਼ਾਂਤ ਹੋ ਗਈ ਸੀ ਮਤਲਬ ਰਸ਼ੀਆ ਜਿੱਤਣਾ ਸਟਾਰਟ ਹੋ ਗਿਆ ਸੀਗਾ ਸੋ ਇਹਨਾਂ ਦਾ ਇਹ ਮੰਨਣਾ ਆ ਬਾਕੀ ਆਪਾਂ ਕੁਛ ਕਹਿ ਨਹੀਂ ਸਕਦੇ ਇੱਦਾਂ ਸਾਨੂੰ ਗਾਈਡ ਨੇ ਦੱਸਿਆ ਸਾਰਾ ਕੁਛ ਕੀ ਪਤਾ ਇੱਦਾਂ ਹੋਵੇ ਕੀ ਕਹਿੰਦੇ ਵੀ ਜੇ ਅਮੀਰ ਤੈਮੂਰ 1 ਸਾਲ ਹੋਰ ਜਿਉਂਦਾ ਰਹਿ ਜਾਂਦਾ ਤਾਂ ਜਿਹੜਾ ਸਾਰਾ ਚਾਈਨਾ ਉਹ ਇਸਲਾਮ ਹੁੰਦਾ ਅਤੇ ਉਜ਼ਬੇਕ ਲੈਂਗੁਏਜ ਹੀ ਬੋਲ ਰਿਹਾ ਹੁੰਦਾ ਅੱਜ ਦੀ ਡੇਟ ਦੇ ਵਿੱਚ ਦੇ 7 ਵਜ ਗਏ ਨੇ ਹੁਣ ਤੇ ਆਪਾਂ ਆ ਗਏ ਆ ਦੁਬਾਰਾ ਰੇਗਿਸਤਾਨ ਸਕੁਅਰ ਕਿਉਂਕਿ ਇਹ ਵੈਸੇ 7 ਵਜੇ ਤੱਕ ਖੁੱਲਦਾ ਦੀ ਟਿਕਟ ਵਿਕਰੀ ਔਰ 40,000 ਦੀ ਇਹਦੀ ਟਿਕਟ ਆ ਹਨਾ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਜਿੰਨੀ ਇਹਨੇ ਟਿਕਟ ਸੀ ਮੈਂ ਤੁਹਾਨੂੰ ਸਾਰਾ ਕੁਝ ਦੱਸਤਾ ਇੱਥੇ ਜਿਹੜਾ ਰਾਤ ਨੂੰ ਨਾ ਲਾਈਟਿੰਗ ਹੁੰਦੀ ਆ ਬਹੁਤ ਜ਼ਬਰਦਸਤ ਤੇ ਉਹ ਲਾਈਟਿੰਗ ਦੇਖਣ ਦਾ ਮਜ਼ਾ ਹੀ ਕੁਛ ਅਲੱਗ ਆ ਤੇ ਉਹ ਲਾਈਟਿੰਗ ਵੀ ਆਪਾਂ ਦੇਖਾਂਗੇ ਕਿਉਂਕਿ ਅਸੀਂ ਹੁਣ ਥੋੜ੍ਹੀ ਦੇਰ ਵੇਟ ਕਰਾਂਗੇ ਹਲੇ ਤਾਂ 7:15 7:30 ਹੋਣ ਵਾਲੇ ਆ ਸੋ ਹਲੇ ਤੱਕ ਦੇਖੋ ਸੂਰਜ ਖੜਾ ਬਟ 8-9 ਕਦੇ ਤਾਂ ਅੰਧੇਰਾ ਹੋਊਗਾ ਜਦੋਂ ਹੋਊਗਾ ਉਦੋਂ ਲਾਈਟਾਂ ਜਗਣਗੀਆਂ ਤੇ ਆਪਾਂ ਦਿਖਾਵਾਂਗੇ ਹਾਂ ਮੁਰਮਸ ਥੋੜ੍ਹੀ ਨਾ ਨਹੀਂ ਹੋਏਗਾ ਹਾਂ ਮੁਰਮਸ ਨਹੀਂ ਹੈ ਕਿ ਹਾਂ ਹੋਊਗਾ ਨਹੀਂ ਆ ਤੁਸੀਂ ਦੇਖਿਆ ਹੀ ਆ ਪਿਛਲੇ ਵੀਡੀਓ ਦੇ ਵਿੱਚ ਹੈ ਨਾ ਉੱਥੇ ਤਾਂ ਹੋਇਆ ਹੀ ਨਹੀਂ ਸੋ ਇੱਥੇ ਆਪਾਂ ਸਾਰਾ ਕੁਝ ਦੇਖਾਂਗੇ ਅਤੇ ਨਜ਼ਾਰੇ ਨਾਲ ਤੁਹਾਨੂੰ ਨਾਲੇ ਦਿਖਾਵਾਂਗੇ ਬਟ ਸਭ ਤੋਂ ਪਹਿਲਾਂ ਆਪਾਂ ਟਿਕਟ ਕਾਊਂਟਰ 'ਤੇ ਚੱਲਦੇ ਹਾਂ ਜੇ ਟਿਕਟ ਦਿੱਤੀ ਤਾਂ 40-40 ਮਤਲਬ 80,000 ਰੁਪਏ ਆਪਾਂ ਉੱਥੇ ਢਿੱਲਾ ਕਰਵਾਉਣਾ ਉਸ ਤੋਂ ਬਾਅਦ ਅੰਦਰ ਦੀ ਐਂਟਰੀ ਲੈਣੀ ਆ ਅਤੇ ਫਿਰ ਤੁਹਾਨੂੰ ਦੱਸਦੇ ਅੰਦਰ ਕੀ ਕੁਛ ਹੈ ਹੈ ਨਾ ਰਿਫਲੈਕਸ਼ਨ ਆ ਰਹੀ ਹੈ ਉਸ 'ਤੇ ਹਾਂ ਉਹ ਸੂਰਜ ਦੀ ਨਾ ਕਿਉਂਕਿ ਸੂਰਜ ਬਹੁਤ ਥੱਲੇ ਜਾ ਚੁੱਕਿਆ ਬਹੁਤ ਪਿਆਰੀ ਲੱਗ ਰਹੀ ਆ ਦਿਖਾਉਂਦਾ ਮੈਂ ਤੁਹਾਨੂੰ ਅੱਗੇ ਦਾ ਕੈਮਰਾ ਕਰਕੇ ਤੁਸੀਂ ਕਹੋਗੇ ਯਾਰ ਆਪ ਹੀ ਮਤਲਬ ਫੀਲਿੰਗ ਲੈ ਰਿਹਾ ਸਾਨੂੰ ਦਿਖਾ ਨਹੀਂ ਰਹੇ ਦਿਖਾਉਂਦਾ ਤੁਹਾਨੂੰ ਲਿਓਨ ਇੰਜੂਟ ਰਾਜ਼ਨ ਵਿਸ਼ਰਾ ਇਹ ਮਿਕਸ ਮਾਸ
ਬੰਦਾ ਕਹਿੰਦਾ ਚਾਈਨਾ ਤੋਂ ਆਏ ਹੋ ਮੈਂ ਕਿਹਾ ਮਾਮਾ ਪੋਚਵੀਆਂ ਪੱਗਾਂ ਵਾਲੇ ਚਾਈਨਾ ਤੋਂ ਆਉਂਦੇ ਹੁੰਦੇ ਨੇ ਪੰਜਾਬ ਤੋਂ ਆਏ ਆ ਨਮਸਤੇ ਯੂ ਮੁਸਲਿਮ ਨੋ ਮੁਸਲਿਮ ਸਿੱਖ ਸਿੱਖ ਯੈਸ ਹਾਂ ਸਿੱਖ ਇਸ ਨਮਸਤੇ ਯਾ ਯੂ ਸੀ ਇਟ ਅ ਗਾਈਡ ਹੈ ਨੋ ਨੋ ਇਟਸ ਓਕੇ ਇਸ ਇਸ ਫ੍ਰੀ ਗਾਈਡ ਸਰਵਿਸ ਨੋ ਗਾਈਡਸ ਯੂ ਆਰ ਹਿੰਦੀ ਬੋਲ ਰਹੀ ਜਲਦੀ ਜਲਦੀ ਚਲੋ ਚਲੋ ਜਲਦੀ ਅੱਛਾ ਜਲਦੀ ਜਲਦੀ ਚਲੇ ਚਲੋ ਅੱਛਾ ਅੱਛਾ ਇਸ ਇਟ ਵੈਰੀ ਅੱਛਾ अच्छा ओके सारे सलमान का शाहरुख खान के फैन हैदराबाद पाकिस्तान एंड इंडिया चाइना यू कैन से हो कितना प्यारा लग रहा है करो अनकर भाई मजा आ रहा ना फीलिंग बहुत बढ़िया बड़ा है बहुत यार पास है ना बहुत मजेदार अंदर आए हूँ पता लगे कि उपर भी दुकाना बनी हुई हैं फस्ट फ्लोर से थले वाले फ्लोर से सारे बनिया हुई हैं सो तो बहुत वधिया यार फ्री लैक्चर ऑन सरामिक फ्रॉम उज़्बेकिस्तान सो लैक्चर अंदर देंगे हो बड़ा उसे ताला लगे हुआ सो वो सारे बुला रहे हैं कि हाँ जी साड़िया दुकाना तो आके सो भी नहीं रहे होर जो भी चीज़ा खरीदो है ना सो उत्ते जा रहे हैं असं तो उत्ते जाके खिंचा फोटो जी कि पावे इंस्टाग्राम से इंस्टाग्राम का लिंक डिस्क्रिप्शन के दूजे मीनार के जो सामने वाला सो ये अंदर कुछ इदा का बनया हुआ पर ये अंदर ना इतने पेड़ नहीं है तो जो दरख्त बूटे हले छोटे आ सो वड्डा दरख्त जोड़ा बने नहीं है सो ता करके थोड़ा वधिया लग रहा सो वो देखो इतने बनया हुआ तख्त ये तख्त पोस्ट शायद बैठ भी सकते हैं मैंने लगता क्योंकि आ चार पाँच बने लोगों ने बोटल बूटल आदि रखी हुई सो बैठ सकते हैं काफ़ी प्यारा लग रहा यार ये भी थोड़ा ऐ लग रहा होगा नेरा हो गया बट नेरा नहीं क्योंकि उधरों सनसैट हो रहा हले तो उधरों बिल्कुल ही छां हो गई है पिछे देख सकते हो जो लाइटा वगैरह है वो ऑन हो चुकी हैं एक गल दसा कुछ चीज़ा इदा दी होंगे जड़िया कैमरा ज़्यादा वधिया दिखा देता तो अखा नहीं देख सकते हैं लेकिन अखा हमेशा मोस्ट टाइम अखा ज़्यादा वधिया तरीके देख सकते हैं जो मैं अखा नाल देख पा रहा ना वो शायद कैमरे थोड़ा ना देख पा रहा लेकिन फिर भी मैं बहुत कोशिश कर रहा थोड़ा दिखावा जिमें जिमें थोड़ा होर नेरा होगा लाइटिंग होर ज़्यादा वधूगी सो ता करके मैं सोचा आपकी मैं हमने शूट कर लाँगी उस तो बाद मेरी शायद फोटो थोड़ा ना दिखे इन्हें बहुत ज़्यादा खूबसूरत थोड़ा देखने वाला सो भाई रात के 9 बज गए तो हूँ तुम देख सकते हो मेरा चेहरा दिखे ना दिखे बट तुम आ लाइटिंग देखो यार कितनी प्यारी लग रही है ना आ देखो बस ये चीज़ देखने लिए असं पिछले एक घंटे तो इतने बैठे वेट कर रहे हैं मैंने लगे नहीं होगा होगा पता नहीं तो ननकुर भाई कह रहे थे कि होगा होगा 9 बजे एकदम लाइट जल गई पहला डे मैंने 5-10 मिनट पहला लाइट जी कट करती थी बाकी सारिया ना जो दूजिया चल रही थी समरकान ओ समरकान बड़ा प्यारा लग रहा है यार आ देखो पहला ब्लू लाइट आई फिर ग्रीन जी आई तो हूँ मतलब सारी अलग तरह की लाइट आ गई है कितनी प्यारी लग रही है यार इस चीज़ लिए असं वेट कर रहे थे सो वेट का जोड़ा मुल है वह पैंता नज़र आ रहा यार आपां अच्छे ना हुण हॉट डॉग खादा मेरे लिए वैजीटेरियन बनाता सीगा अनकुर भाई दे लई चिकन वाला बनाता सीगा और वो बंदे ने भाई ना सानू 2000 रुपए का कपला कर गया साडे नाल मतलब 14 रुपए का कपला कर गया 14 रुपए लई मान बेचता उन्हें असीं उन्हें कुछ कहा नहीं पर गल सीगी कि उन्हें इन्नी क्या इंग्लिश आउंदी सी 1000 में ऐ कह रहे ना जिदा मैनूं समझ नहीं आई सो उन्हें आ बनाना शेक बनाया बड़ा प्यारा हुण तुहानूं देख रहा पता नहीं दिख रहा इदां देख लो सो बड़ा वधिया सीगा खैर
ਕੈਂਟ ਸੀ ਸਾਡਾ ਕੰਮ ਤੇ ਹੁਣ ਥੋੜਾ ਅਸੀਂ ਮੈਡੀਕਲ ਤੇ ਜਾਣਾ ਇੱਕ ਅੱਧੀ ਦਵਾਈ ਜੀ ਲੈਣੀ ਆ ਐਮ ਐਸ ਸ਼ਾਪ ਚ ਅਸੀਂ ਚਲੇ ਗਏ ਮੈਂ ਕਹਿ ਨਵਨ ਕਰਵਾਈ ਨੂੰ ਮੈਂ ਕਿਹਾ 4000 ਮੰਗ ਰਿਹਾ ਕਹਿੰਦੇ 40 ਮੰਗ ਰਿਹਾ ਸੋ ਕਿੰਨੇ 44000 ਬਾਜੀ ਨੇ 5000 ਦਾ ਨੋਟ ਰੱਖਾ ਕਹਿੰਦਾ ਨਹੀਂ ਭਾਈ ਇਹ ਕੀ ਦੇ ਰਿਹਾ ਮੈਂ ਕਿਹਾ 40 ਮੰਗ ਰਿਹਾ ਭਾਜੀ ਫਿਰ ਉਸਨੇ ਇਸ ਪੇ ਡੋਲੋ ਇਸ ਪੇ ਪੈਂਟਾ ਬ੍ਰੈਜ਼ੋਲ ਕੇ ਪੱਤੇ ਪੇ 44000 ਦਾ ਸਟicker ਵੀ ਲਗਾ 44000 ਕੀ ਪੜੀ ਇਸ ਮੇ 44000 ਦੀ ਮਤਲਬ ਇੱਕ ਪੱਤਾ ਆ ਜਿਹੜਾ ਉਹਦਾ ਗੈਸ ਦਾ ਕਹਿਣ ਦਾ 28 ਟੈਬਲੇਟ ਹੈ ਪਰ ਇਸ ਮੇ 28 ਹੈ ਪਰ ਫਿਰ ਵੀ ਆ ਆਤੇ ਰਹਿਣਾ ਮਜ਼ੇ ਕਰੋ ਮੈਂ ਨੇ ਇੱਕ ਦੋ ਖਾਉਂਗਾ ਪਰ ਯਾਰ ਬਹੁਤ ਮਹਿੰਗੀ ਆ ਮਤਲਬ ਇੰਡੀਆ ਦਾ 300 ਰੁਪਈਆ ਹੋ ਗਿਆ ਜਿੰਨਾ ਉਹਨੇ ਕੀਤਾ ਉਹ ਇਦਾਂ ਖੁੱਲਾ ਨਹੀਂ ਉਹ ਲੱਗਿਆ ਹੋਇਆ ਸੀ ਸੋ ਬੜਾ ਮਹਿੰਗਾ ਸੀ ਯਾਰ ਕੰਮ ਹੈ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਰੱਬ ਰੱਖਾ